ਹਾਂਜੀ ਦੋਸਤੋ, ਅੱਜ ਤੁਹਾਡੇ ਲਈ ਲੈ ਕੇ ਆਏ ਸਾਰੇ ਜੀਕੇ ਦੇ ਕੁਐਸਚਨ ਜਿਹੜੇ ਪੇਪਰ ਥਾਪਰ ਯੂਨੀਵਰਸਿਟੀ ਦੁਆਰਾ ਲਏ ਗਏ ਨੇ ਪੰਜਾਬ ਗਵਰਨਮੈਂਟ ਦੇ। ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਵਾਰੀ ਵਾਰੀ ਪੰਜਾਬ ਦੇ ਪੇਪਰ ਜਿਹੜੇ ਥਾਪਰ ਯੂਨੀਵਰਸਿਟੀ ਦੁਆਰਾ ਲਏ ਗਏ ਨੇ ਵਾਰੀ ਵਾਰੀ ਖੋਲ੍ਹਣ ਦੀ ਲੋੜ ਨਹੀਂ ਪਏਗੀ, ਸਪੈਸ਼ਲੀ ਜੀਕੇ ਦੇ ਲਈ। ਅਤੇ ਤੁਹਾਨੂੰ ਸਾਰੇ ਕੁਐਸਚਨ ਹੀ ਅੱਜ ਇਸ ਵੀਡੀਓ ਦੇ ਵਿੱਚ ਮਿਲਣਗੇ, ਠੀਕ ਹੈ ਜੀ। ਆਓ ਜੀ ਆਪਾਂ ਆਪਣੇ ਕੁਐਸਚਨਾਂ ਵੱਲ ਵੱਧਦੇ ਹਾਂ। ਪਹਿਲਾ ਕੁਐਸਚਨ ਜਿਹੜਾ ਹੈਗਾ ਉਹ ਆਇਆ ਸੀਗਾ ਜੀ, ਐਂਗਲੋ ਸਿੱਖ ਵਾਰ ਜਿਹੜੀ ਦੋ ਹੋਈਆਂ ਉਸ ਤੋਂ ਬਾਅਦ ਪੰਜਾਬ ਬ੍ਰਿਟਿਸ਼ ਅੰਪਾਇਰ ਵਿੱਚ ਕਿਹੜੇ ਸਾਲ ਵੀ ਸ਼ਾਮਿਲ ਕੀਤਾ ਗਿਆ? ਉਹਦਾ ਆਂਸਰ ਹੈਗਾ 1849, ਠੀਕ ਹੈ ਜੀ। ਅਗਲੇ 87 ਕੁਐਸਚਨ ਤੁਹਾਨੂੰ ਕਰਨ ਦੀ ਲੋੜ ਨਹੀਂ। ਅਗਰ 88ਵਾਂ ਕੁਐਸਚਨ ਹੈਗਾ ਜੀ, ਪ੍ਰਾਈਮ ਮਿਨਿਸਟਰ ਜਿਹੜਾ ਹੈਗਾ ਸੀ ਜਵਾਹਰ ਲਾਲ ਨਹਿਰੂ ਤੋਂ ਬਾਅਦ ਕੌਣ ਬਣਿਆ ਸੀ 1964 ਵਿੱਚ? ਉਹ ਬਣੇ ਸੀ ਗੁਲਜ਼ਾਰੀ ਨੰਦਾ ਜੀ, ਠੀਕ ਹੈ ਜੀ। ਉਸ ਤੋਂ ਅਗਲਾ ਕੁਐਸਚਨ ਆਪਾਂ ਨੂੰ ਪੁੱਛਿਆ ਗਿਆ ਸੀਗਾ ਜੀ, ਇਸਰੇਲ ਦੀ ਕਰੰਸੀ ਕੀ ਹੈ? ਉਹ ਉਹਦਾ ਆਂਸਰ ਹੈਗਾ ਸੀ ਬੀ ਸ਼ੈਕਲ, ਠੀਕ ਹੈ ਜੀ। ਉਸ ਤੋਂ ਅਗਲਾ ਕੁਐਸਚਨ ਹੈਗਾ ਸੀ ਜਿਹੜਾ GST ਜਿਹੜਾ ਆਪਣੇ ਪਿਛਲੇ ਸਾਲ ਲਾਗੂ ਕੀਤਾ ਗਿਆ, ਉਹਦਾ ਮਾਡਲ ਕਿਹੜੀ ਕੰਟਰੀ ਤੋਂ ਲਿਆ ਗਿਆ ਸੀ? ਉਹਦਾ ਆਂਸਰ ਹੈਗਾ ਸੀ ਕੈਨੇਡਾ, ਠੀਕ ਹੈ ਜੀ। ਇਸ ਤੋਂ ਬਾਅਦ ਆਪਣੇ ਅਗਲਾ ਕੁਐਸਚਨ ਹੈਗਾ ਹੈ, ਸਪਾਈਕਸ ਬਲੋਕਸ ਅਤੇ ਡਿਕਸ ਕਿਹੜੀ ਸਪੋਰਟਸ ਦੇ ਨਾਲ ਰਿਲੇਟਡ ਨੇ? ਇਹਦਾ ਆਂਸਰ ਹੈਗਾ ਸੀ ਵੋਲੀਬਾਲ, ਠੀਕ ਹੈ ਜੀ। ਅਤੇ ਅਗਲਾ ਕੁਐਸਚਨ ਹੈਗਾ ਸੀ, ਤਸ਼ਕੇਤ ਨਾਲ ਦੀ ਸਿਟੀ ਕਿਹੜੇ ਕੰਟਰੀ ਵਿੱਚ ਲੋਕੇਟਡ ਹੋਵੇਗੀ? ਉਜ਼ਬੇਕਿਸਤਾਨ। ਉਸ ਤੋਂ ਅਗਲਾ ਹੈਗਾ ਸੀ ਸਲਮਾਨ ਰਸ਼ੀਦੀ ਦੀ ਆਪਾਂ ਕੋਈ ਫੇਮਸ ਬੁੱਕ ਦੱਸਣੀ ਸੀ, ਹੋਵੇਗੀ ਸ਼ਾਲੀਮਾਰ ਕਰਾਊਨ, ਠੀਕ ਹੈ ਜੀ। ਅਤੇ ਅਗਲਾ ਕੁਐਸਚਨ ਹੈਗਾ ਸੀ, ਕਿਹੜੀ ਯੂਰਪੀਅਨ ਕੰਟਰੀ ਸਕਵੇਡੀਅਨ ਕੰਟਰੀ ਵਿੱਚ ਨਹੀਂ ਆਉਂਦੀ ਕੈਟੇਗਰੀ 'ਚ? ਉਹਦਾ ਆਂਸਰ ਹੈਗਾ ਸੀ ਇਟਲੀ, ਠੀਕ ਹੈ ਜੀ। ਇਸ ਤੋਂ ਬਾਅਦ ਅਗਲਾ ਕੁਐਸਚਨ ਹੈਗਾ ਸੀ ਜੀ, 18 ਸਾਲ ਏਜ ਕਦੋਂ ਕੀਤੀ ਗਈ ਸੀ ਜਨਰਲ ਇਲੈਕਸ਼ਨ ਵਿੱਚ ਪਾਰਟੀਸਪੇਟ ਕਰਨ ਲਈ? ਉਹ ਹੈਗਾ ਸੀ 1999, ਠੀਕ ਹੈ ਜੀ। ਇਸ ਤੋਂ ਅਗਲਾ ਕੁਐਸਚਨ ਹੈਗਾ ਸੀ, ਯੂਨਾਈਟਿਡ ਨੇਸ਼ਨ 'ਚ ਇੰਟਰਨੈਸ਼ਨਲ ਹੈਪੀਨੈਸ ਡੇ ਕਦੋਂ ਮਨਾਇਆ ਜਾਂਦਾ? ਇਹਦਾ ਆਂਸਰ ਹੈਗਾ ਸੀ ਮਾਰਚ 20 ਨੂੰ, ਠੀਕ ਹੈ ਜੀ। ਇਸ ਤੋਂ ਬਾਅਦ ਅਗਲਾ ਕੁਐਸਚਨ ਹੈਗਾ, 7ਵੇਂ ਵਜਾਇਤ 'ਤੇ ਕਿਹੜੇ ਉਪਨਿਸ਼ਦ ਚੋਂ ਲਿਆ ਗਿਆ? ਹੈਗਾ ਜੀ ਮੁੜੱਕਾ ਉਪਨਿਸ਼ਦ, ਠੀਕ ਹੈ ਜੀ। ਇਸ ਤੋਂ ਬਾਅਦ ਡਾਕਟਰ ਲੀਨਸ ਕਾਰਲ 2 ਵਾਰੀ ਨੋਬਲ ਪ੍ਰਾਈਜ਼ ਮਿਲਿਆ, ਉਹਨੂੰ ਕਿਹੜੇ ਕਿਹੜੇ ਫੀਲਡ 'ਚ ਮਿਲਿਆ ਉਹ ਦੱਸਣਾ ਸੀਗਾ, ਠੀਕ ਹੈ ਜੀ। ਇਹਦੇ 'ਚ ਆਪਾਂ ਉੱਪਰ ਵਾਲਾ ਕੁਐਸਚਨ ਨਹੀਂ ਕਰਨਾ ਅਤੇ 10ਵੇਂ ਵਾਲਾ ਕਰਨਾ ਜੀ, ਮਧੂਮਨੀ ਜਿਹੜਾ ਸਟਾਈਲ ਆਫ ਫੋਕ ਪੇਂਟਿੰਗ ਹੈ ਇਹ ਕਿਹੜੇ ਸਟੇਟ ਦੀ ਹੈਗੀ ਹੈ? ਬਿਹਾਰ। ਇਹ ਕੁਐਸਚਨ ਬਹੁਤ ਵਧੀਆ ਹੈ, ਯਾਦ ਰੱਖਣਾ, ਠੀਕ ਹੈ। ਅਗਲਾ ਕੁਐਸਚਨ ਹੈਗਾ ਜੀ, 7 ਰੇਸ ਕੋਡ ਨਿਊ ਦਿੱਲੀ ਪ੍ਰਾਈਮ ਮਿਨਿਸਟਰ ਦੇ ਜਿਹੜਾ ਅਫੀਸ਼ੀਅਲ ਐਡਰੈਸ ਕੀ ਹੈਗਾ? ਉਹ ਹੈਗਾ 7 ਲੋਕ ਕਲਿਆਣ ਮਾਰਗ, ਠੀਕ ਹੈ ਜੀ। ਇਸ ਤੋਂ ਬਾਅਦ ਹੈਗਾ ਸੀ ਯਾਦਵਿੰਦਰਾ ਗਾਰਡਨ ਕਿੱਥੇ ਹੈਗਾ? ਇਹ ਹੈ ਪਿੰਜੌਰ 'ਚ, ਠੀਕ ਹੈ ਜੀ। ਉਸ ਤੋਂ ਬਾਅਦ ਅਰਜੁਨ ਅਵਾਰਡ 2001 'ਚ ਕਿਹਨੂੰ ਮਿਲਿਆ ਸੀਗਾ? ਮਿਲਖਾ ਸਿੰਘ ਨੂੰ ਮਿਲਿਆ ਸੀਗਾ, ਠੀਕ ਹੈ ਜੀ। ਅਤੇ ਅਗਲਾ ਹੈ ਲੌਂਗੈਸਟ ਟੈਨਿਊਰ ਐਜ਼ ਪ੍ਰੈਜ਼ੀਡੈਂਟ ਆਫ SGPC ਕੌਣ ਰਹੇ? ਉਹ ਰਹੇ ਗੁਰਚਰਨ ਸਿੰਘ ਟੋਰਾ, ਠੀਕ ਹੈ ਜੀ। ਇਸ ਤੋਂ ਬਾਅਦ ਹੈਗਾ ਸੀਗਾ, ਆਪਾਂ ਪਿਆ ਦੱਸਾਂ ਸੀ ਕਿਹੜਾ ਰੋਂਗ, ਠੀਕ ਹੈ ਜੀ। ਇਸ ਤੋਂ ਬਾਅਦ ਹੈਗਾ ਸੀਗਾ ਆਪਣਾ ਕੁਐਸਚਨ, ਤੁਹਾਡਾ ਜਿਹੜਾ ਕੁਐਸਚਨ ਹੈਗਾ ਉਹ ਤੁਸੀਂ ਰਹਿਣ ਦਿਓ, ਠੀਕ ਹੈ ਜੀ, ਕਰੰਟ ਰਿਲੇਟਡ ਹੈ। ਅਗਲਾ 8ਵਾਂ ਕੁਐਸਚਨ ਹੈਗਾ ਸੀਗਾ, ਨੈਸ਼ਨਲ ਲੈਵਲ ਮਿਊਜ਼ੀਅਮ ਸਿੱਖ ਹੈਰੀਟੇਜ ਦਾ ਕਿੱਥੇ ਬਣਨਾ? ਇਹ ਹੈ ਲਖਨਪੁਰ ਸਾਹਿਬ, ਠੀਕ ਹੈ ਜੀ। ਇਸ ਤੋਂ ਬਾਅਦ ਅਗਲਾ ਆਪਣਾ ਕੁਐਸਚਨ ਹੈਗਾ ਜੀ, ਜਿਹੜੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੀ ਉਹਨਾਂ ਨੇ ਜਿਹੜਾ ਗੁਰੂ ਦਾ ਸਟੇਟਸ ਆਦਿ ਗ੍ਰੰਥ ਨੂੰ ਦਿੱਤਾ ਸੀ ਕਦੋਂ ਦਿੱਤਾ ਸੀ? ਉੱਤਰ 1708 'ਚ, ਠੀਕ ਹੈ ਜੀ। ਇਸ ਤੋਂ ਆਪਣਾ ਅਗਲਾ ਕੁਐਸਚਨ ਹੈਗਾ, ਬਾਅਦ ਆਪਾਂ ਦੱਸਣਾ ਸੀ ਕਥੂਰ ਕੁਸ਼ੇਲਿਆਣ ਵਾਈਲਡ ਲਾਈਫ ਸੈਂਚਰੀ ਕਿੱਥੇ ਹੈਗੀ? ਹੈਗੀ ਪਠਾਨਕੋਟ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਅਗਲਾ ਕੁਐਸਚਨ ਦੱਸਿਆ ਸੀ ਕਿ ਜਿਹੜੇ ਫੂਡ ਗ੍ਰੇਨ ਕਰੋਪ ਹੈ ਜਿਹੜੀ ਲਾਰਜੈਸਟ ਪਾਰਟ ਹੈਗਾ ਇੰਡੀਆ ਦਾ ਕਵਰ ਕਰਦੀ ਉਹ ਕੌਣ ਕਰਦੀ? ਰਾਈਸ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਮੈਕਸੀਮਮ ਪ੍ਰੋਡਕਸ਼ਨ ਜਿਹੜੀ ਸੈਫਰਨ ਦਿੰਦੀ ਉਹ ਕਿੱਥੇ ਹੁੰਦੀ? ਉਹਦੀ ਜੰਮੂ ਕਸ਼ਮੀਰ 'ਚ, ਠੀਕ ਹੈ ਜੀ। ਫਿਰ ਅਗਲਾ ਕੁਐਸਚਨ ਹੈਗਾ ਸੀ ਆਪਾਂ ਬਰਡ ਸੈਂਚਰੀ ਦੱਸਣੀ ਸੀ ਕਿਹੜੀ ਕਿੱਥੇ ਹੈਗੀ ਹੈ? ਫਿਰ ਅਗਲਾ 4ਵਾਂ ਕੁਐਸਚਨ ਇਹ ਹੈਗਾ ਸੀਗਾ ਜੀ, ਇੰਡੀਆ ਜਿਹੜਾ ਸ਼ੇਅਰ ਕਰਦਾ ਲਾਰਜੈਸਟ ਲੈਂਡ ਬੋਰਡਰ ਕਿਹੜੀ ਕੰਟਰੀ ਨਾਲ ਕਰਦਾ? ਉਹ ਕਰਦਾ ਬੰਗਲਾਦੇਸ਼ ਨਾਲ, ਠੀਕ ਹੈ ਜੀ। ਅਗਲਾ ਕੁਐਸਚਨ ਹੈਗਾ ਸੀ ਰਿਵਰ ਅਤੇ ਸਿਟੀ ਆਪਾਂ ਮਨਾਉਣੀ ਸੀ ਵੀ ਕ੍ਰਿਸ਼ਨਾ ਅਤੇ ਕ੍ਰਿਸ਼ਨਾ ਨਦੀ ਦੀ ਕਿਹੜੀ ਰਿਵਰ ਹੈ, ਮਾਂ ਨਦੀ ਦੀ ਕਿਹੜੀ, ਗੋਦਾਵਰੀ ਦੀ ਕਿਹੜੀ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਆਹ ਵਾਲਾ ਕੁਐਸਚਨ ਬਹੁਤ ਵੀ ਇਹ ਵੀ ਬਹੁਤ ਵਧੀਆ ਆਇਆ, ਜਿਹੜਾ ਬੋਟ ਰੇਸਿਸ ਨੇ ਸਪੈਸ਼ਲ ਫੀਚਰ ਕਿਹੜੇ ਫੈਸਟੀਵਲ ਹੈਗਾ? ਓਨਮ, ਠੀਕ ਹੈ ਜੀ। ਜਿਹੜੇ ਅਗਲੇ ਕੁਐਸਚਨ ਹੈਗੇ ਉਹਨੇ ਜੇ ਆਪਣਾ ਪਹਿਲਾਂ ਨਹੀਂ ਕਰਨਾ ਨੀਚੇ ਵਾਲੇ 2 ਕਰਨੇ, ਠੀਕ ਹੈ ਜੀ। ਅੱਗੇ ਅਸੀਂ ਫਸਟ ਫੈਕਟਰੀ ਜਿਹੜੀ ਮਦਰਾਸ ਦੀ ਕਿਹੜੇ ਸਾਲ 'ਚ ਲੱਗੀ ਸੀ, ਜਿਹੜੀ ਈਸਟ ਇੰਡੀਆ ਕੰਪਨੀ ਦੁਆਰਾ ਲਗਾਈ ਸੀਗੀ? ਉਹ ਸੀ 1647, ਠੀਕ ਹੈ ਜੀ। ਅਗਲਾ ਕੁਐਸਚਨ ਹੈਗਾ ਜੀ, ਦਰੋਣਾਚਾਰਿਆ ਅਵਾਰਡ ਹੈ ਨੈਸ਼ਨਲ ਲੈਵਲ ਦਾ, ਇੱਕ ਕਿਸ ਫੀਲਡ 'ਚ ਦਿੱਤਾ ਜਾਂਦਾ? ਇਹ ਕੋਚਿਸ ਨੂੰ ਦਿੱਤਾ ਜਾਂਦਾ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਗੱਲ ਕਰੀਏ ਅਗਲਾ ਕੁਐਸਚਨ ਹੈਗਾ ਸੀ ਕਿ ਜੇ ਕਿਸੇ ਹਿਊਮਨ ਬੋਡੀ ਦਾ 100 ਡਿਗਰੀ ਫਾਰਨਹੀਟ ਟੈਂਪਰੇਚਰ ਹੈ ਤਾਂ ਆਪਾਂ ਸੈਲਸੀਅਸ ਕਿੰਨਾ ਆਂਸਰ ਹੈਗਾ? ਹੋਣਾ ਸੀ 38। ਅਤੇ ਅਗਲਾ ਨਾਈਟ ਵਿਜ਼ਨ ਇਕੁਪਮੈਂਟ ਜਿਹੜੇ ਹੁੰਦੇ ਆ ਉਹਨਾਂ 'ਚ ਕਿਹੜੀ ਵੇਵ ਯੂਜ਼ ਕੀਤੀ ਜਾਂਦੀ? ਉਹ ਕਹਿੰਦੀ ਇਨਫਰਾਰੈਡ ਵੇਵ। ਇਸ ਤੋਂ ਅਗਲਾ ਆਪਣਾ ਕੁਐਸਚਨ ਹੈਗਾ ਜਿਹੜਾ ਬ੍ਰਿਕਿਸਟ ਵਰਡ ਹੈਗਾ, ਠੀਕ ਹੈ ਜੀ, ਉਹ ਕਿਹੜੀ ਕੰਟਰੀ ਨਾਲ ਰਿਲੇਟਡ ਹੈਗਾ? ਉਹ ਹੈਗਾ ਬ੍ਰਿਟੇਨ, ਠੀਕ ਹੈ ਜੀ। ਅਗਰ ਦੱਸਣਾ ਜਿਹੜਾ ਸਾਰ ਗਰੁੱਪ ਹੈਗਾ ਉਹਦਾ ਕਿਹੜਾ ਦੇਸ਼ ਮੈਂਬਰ ਨਹੀਂ ਹੈਗਾ? ਉਹਦਾ ਆਂਸਰ ਹੈਗਾ ਮਿਆਂਮਾਰ, ਠੀਕ ਹੈ ਜੀ। ਇਸ ਤੋਂ ਬਾਅਦ ਆਪਣਾ ਅਗਲਾ ਕੁਐਸਚਨ ਹੈਗਾ ਜੀ, ਜਿਹੜਾ ਨਾਈਟ ਬਲਾਈਂਡਨੈਸ ਹੋ ਜਾਂਦਾ ਉਹ ਕਿਹੜੇ ਵਿਟਾਮਿਨ ਦੀ ਕਮੀ ਨਾਲ ਹੁੰਦਾ? ਉਹਦਾ ਵਿਟਾਮਿਨ ਏ ਨਾਲ, ਠੀਕ ਹੈ ਜੀ। ਅਗਲਾ ਜਿਹੜਾ ਕਰੰਟ ਗਵਰਨਰ ਇਹਦਾ ਤਾਂ ਕਰੰਟ ਦਾ ਕੁਐਸਚਨ ਹੈ। ਇਸ ਤੋਂ ਅਗਲਾ ਕੁਐਸਚਨ ਹੈਗਾ ਟਾਲੈਸਟ ਬਿਲਡਿੰਗ ਇਨ ਦਾ ਵਰਲਡ ਕਿਹੜੀ ਹੈਗੀ? ਬੁਰਜ ਖਲੀਫਾ। ਅਤੇ ਅਗਲਾ ਕੁਐਸਚਨ ਹੈਗਾ ਸੀ ਜਿਹੜੀ ਫਾਊਂਡੇਸ਼ਨ ਹੈਗੀ ਸੀ ਗੋਲਡਨ ਟੈਂਪਲ ਅੰਮ੍ਰਿਤਸਰ ਦੀ ਉਹ ਕਿਹਨੇ ਰੱਖੀ ਸੀ? ਉਹ ਰੱਖੀ ਸਾਇਮੀਆ ਮੀਰ। ਅਤੇ ਫਿਰ ਅਗਲਾ ਕੁਐਸਚਨ ਹੈਗਾ ਜਿਹੜਾ ਅਸ਼ੋਕਾ ਨੇ ਆਪਦਾ ਧਰਮ ਬਦਲਿਆ ਸੀ ਬੁੱਧਿਸਟ, ਉਹ ਕਿਹੜੀ ਵਾਰ ਤੋਂ ਬਾਅਦ ਬਦਲਿਆ ਸੀ? ਉਹ ਕਲਿੰਗਾ ਵਾਰ।
ਇਹਨੇ ਇੱਕ ਵਾਰੀ ਜਿਹੜਾ ਔਥਰ ਹੈਗਾ ਸੀ ਉਹ ਕੌਣ ਲਿਖਿਆ ਸੀ, ਉਹ ਹੈਗਾ ਸੀ ਅਬੁਲ ਫਜ਼ਲ, ਠੀਕ ਹੈ ਜੀ। ਫਿਰ ਦੱਸਣਾ ਸੀ ਜਿਹੜਾ 16ਵਾਂ ਪਾਰਟ ਹੁੰਦਾ ਆਪਣੇ ਇੰਡੀਅਨ ਰੁਪੀ ਦਾ, ਉਹਨੂੰ ਕੀ ਕਹਿੰਦੇ, ਉਹਨੂੰ ਕਹਿੰਦੇ ਨੇ ਅੰਨਾ, ਠੀਕ ਹੈ ਜੀ। ਇਸ ਤੋਂ ਬਾਅਦ ਹੈਗਾ ਜਿਹੜਾ ਵਾਸਕੋ ਦਾ ਗਾਮਾ ਆਇਆ ਸੀਗਾ ਲਿਸਬਨ ਤੋਂ, ਅਤੇ ਉਹਨੇ ਕਿੱਥੇ ਲੈਂਡ ਕੀਤਾ ਸੀ, ਕਿਹੜੇ ਪੋਰਟ 'ਤੇ ਕੀਤਾ, ਉਹਨੂੰ ਕਹਿੰਦੇ ਕੈਲੀਕਟ 'ਤੇ, ਠੀਕ ਹੈ ਜੀ। ਇਸ ਤੋਂ ਜਿਹੜੇ ਗੋਡ ਪਾਰਟੀਕਲ ਹੁੰਦੇ ਨੇ ਜਿਹੜੇ ਫਿਜਿਕਸ ਨਾਲ ਰਿਲੇਟਡ ਹੁੰਦੇ ਨੇ, ਉਹ ਕਿਹੜੀ ਥਿਊਰੀ 'ਤੇ ਬੇਸਿਕ ਨੇ, ਉਹ ਕਹਿੰਦੇ ਹਿਗਸ ਬੋਸਨ, ਠੀਕ ਹੈ ਜੀ। ਜਿਹੜਾ ਸਾਡਾ ਅਗਲਾ ਕੁਸਚਨ ਹੈ ਉਹ ਹੈਗਾ ਗੁਪਤਾ ਅੰਪਾਇਰ ਦਾ ਫਾਊਂਡਰ ਕੌਣ ਸੀ, ਹੋਏਗਾ ਜੀ ਚੰਦਰਗੁਪਤ 1। ਅਤੇ ਫਿਰ ਹੈਗਾ ਸੀ ਜਿਹੜਾ ਡਿਸਟੈਂਸ ਹੈਗਾ ਸਟਾਰ ਅਤੇ ਗਲੈਕਸੀ 'ਚ, ਉਹ ਕਿਤੇ ਮੈਜ਼ਰ ਕੀਤਾ ਜਾਂਦਾ, ਉਹ ਕੀਤਾ ਜਾਂਦਾ ਲਾਈਟ ਈਅਰ 'ਚ। ਅਤੇ ਫਿਰ ਹੈਗਾ ਸੀ ਜਿਹੜਾ ਬ੍ਰਾਈਟੈਸਟ ਸਟਾਰ ਹੈਗਾ ਇਹਦਾ ਨੌਰਥ, ਉਹਨੂੰ ਕੀ ਕਹਿੰਦੇ ਨੇ, ਉਹਨੂੰ ਕਹਿੰਦੇ ਨੇ ਪੋਲ ਸਟਾਰ। ਅਤੇ ਜਿਹੜਾ ਲਾਰਜਸਟ ਪਲੇਨਸ ਨੇ ਉਹ ਇੰਡੀਆ ਦਾ, ਉਹਨੂੰ ਕੀ ਕਹਿੰਦੇ ਨੇ ਇੰਡੋ ਗੰਗੇਟਿਕ ਪਲੇਨਸ। ਜਿਹੜਾ ਪਲੇਸ ਆਫ ਲੱਦਾਖ ਹੈਗਾ ਉਹ ਕਿੱਥੇ ਹੈਗਾ, ਉਹ ਹੈਗਾ ਕੋਲ ਡੈਜ਼ਰਟ 'ਚ। ਜਿਹੜਾ ਫੋਰੈਸਟ ਰਿਸਰਚ ਇੰਸਟੀਟਿਊਟ ਹੈ ਉਹ ਕਿੱਥੇ ਸਥਿਤ ਹੈ, ਉਹ ਹੈਗਾ ਦੇਹਰਾਦੂਨ 'ਚ। ਅਤੇ ਜਿਹੜੇ ਸਟਾਰ ਹੈਗੇ ਜਿਹੜੇ ਕਲਾਊਡ ਆਫ ਡਸਟ ਅਤੇ ਗੈਸਿਸ ਤੋਂ ਬਣਦੇ, ਉਹਨਾਂ ਨੂੰ ਕੀ ਕਹਿੰਦੇ ਨੇ, ਉਹਨੂੰ ਕਹਿੰਦੇ ਨੇ ਨੈਬੂਲਾ। ਅਤੇ ਰੈੱਡ ਪਲੈਨਟ ਕਿਹਨੂੰ ਕਹਿੰਦੇ ਨੇ, ਮਾਸ ਨੂੰ। ਅਤੇ ਪੀਰ ਪੰਜਾਲ ਜਿਹੜੀ ਰੇਂਜ ਹੈਗੀ ਹੈ ਉਹ ਕਿਹੜੇ ਸਟੇਟ 'ਚ ਸਥਿਤ ਹੋਗੀ, ਜੰਮੂ ਕਸ਼ਮੀਰ 'ਚ। ਅਗਲਾ ਕੁਸਚਨ ਹੈਗਾ ਜਿਹੜੀ ਕਵੇਰੀ ਰਿਵਰ ਡਿਸਪਿਊਟ ਹੈ ਉਹ ਕਿਹੜੇ ਕਿਹੜੇ ਸਟੇਟ 'ਚ, ਤਾਮਿਲਨਾਡੂ ਅਤੇ ਕਰਨਾਟਕਾ 'ਚ। ਅਤੇ ਅੱਗੋਂ ਦੱਸਣਾ ਜੀ ਆਪਣਾ ਅਗਲਾ ਕੁਸਚਨ ਹੈਗਾ ਸੀ, ਜਿਹੜੇ ਇੰਡੀਅਨ ਸਟੇਟ ਨੇ ਉਹ ਕਿਵੇਂ ਪਾਰਟਾਂ 'ਚ ਵੰਡੀਆਂ ਨੇ, ਉਹਨਾਂ ਸੀਗਾ ਸਭ ਤੋਂ ਪਹਿਲਾਂ ਡਿਸਟ੍ਰਿਕਟ, ਫਿਰ ਤਹਿਸੀਲਦਾਰ, ਫਿਰ ਪਰਗਨਾ 'ਚ, ਠੀਕ ਹੈ ਜੀ। ਅਗਲਾ ਕੁਸਚਨ ਹੈਗਾ ਜਿਹੜੀ ਐਗਜੀਕਿਊਟਿਵ ਪਾਵਰ ਨੇ ਸਟੇਟ ਦੀ ਉਹ ਕਿੰਨੇ ਵਿੱਚ ਵੈਸਟਰਨ ਨੇ, ਉਹ ਕਹਿੰਦਾ ਆਂਸਰ ਹੈਗਾ ਸੀ ਗਵਰਨਰ। ਅਗਲਾ ਕੁਸਚਨ ਹੈਗਾ ਸੀ ਜਿਹੜਾ ਜੱਜ ਹੈਗਾ ਸੁਪਰੀਮ ਕੋਰਟ ਆਫ ਇੰਡੀਆ ਦਾ, ਉਹ ਕਿੰਨੇ ਦੁਆਰਾ ਰਿਮੂਵ ਕੀਤਾ ਜਾਂਦਾ, ਉਹ ਕਿਤੇ ਜਾਂਦਾ ਪ੍ਰੈਜੀਡੈਂਟ ਔਨ ਰੈਜੋਲਿਊਸ਼ਨ ਬਾਏ ਪਾਰਲੀਮੈਂਟ, ਠੀਕ ਹੈ ਜੀ। ਅਗਲਾ ਕੁਸਚਨ ਹੈਗਾ ਸੀਗਾ ਜਿਹੜਾ ਇਨਰ ਮੋਸਟ ਪਾਰਟ ਲੇਅਰ ਦਾ ਅਰਥ ਦਾ ਹੀ, ਉਹਨੂੰ ਕੀ ਕਹਿੰਦੇ ਨੇ, ਉਹਨੂੰ ਕਹਿੰਦੇ ਕੋਰ। ਫਿਰ ਅਗਲਾ ਜਿਹੜਾ ਮਸ਼ਰੂਮ ਲੋਕ ਨੇ ਉਹ ਕਿੱਥੇ ਪਾਈਆਂ ਜਾਂਦੀਆਂ ਨੇ, ਉਹ ਡੈਜ਼ਰਟ 'ਚ ਪਾਈਆਂ ਜਾਂਦੀਆਂ ਨੇ। ਅਗਲਾ ਕੁਸਚਨ ਹੈਗਾ ਸੀਗਾ ਲੇਅਰ ਆਫ ਐਟਮੋਸਫੀਅਰ ਜਿਹੜੀ ਫ੍ਰੀ ਹੁੰਦੀ ਕਲਾਊਡਸ, ਉਹਨੂੰ ਕਹਿੰਦੇ ਨੇ, ਉਹਨੂੰ ਕਹਿੰਦੇ ਨੇ ਸਟੈਟੋਸਫੀਅਰ। ਅਗਲਾ ਕੁਸਚਨ ਹੈਗਾ ਸੀ ਜਿਹੜਾ ਵਰਲਡ ਦਾ ਲਾਰਜੈਸਟ ਟੈਂਪਲ ਹੈ ਉਹ ਕਿਹੜੀ ਕੰਟਰੀ 'ਚ ਹੋਗਾ, ਕੰਬੋਡੀਆ 'ਚ। ਫਿਰ ਅਗਲਾ ਕੁਸਚਨ ਹੈਗਾ ਸੀ ਜਿਹੜੇ ਗੋਲਡ ਕੈਪੀਟਲ ਨੇ ਵਰਲਡ ਦੀ, ਉਹ ਕਿਹਨੂੰ ਕਹਿੰਦੇ ਨੇ, ਉਹ ਕਹਿੰਦੇ ਨੇ ਜੋਹਾਨਸਬਰਗ ਨੂੰ। ਫਿਰ ਅਗਲਾ ਕੁਸਚਨ ਹੈਗਾ ਜਿਹੜਾ ਨਰੋਰਾ ਐਟੋਮਿਕ ਪਲਾਟ ਹੈ ਉੱਤਰ ਪ੍ਰਦੇਸ਼ ਦੇ ਕਿਹੜੇ ਡਿਸਟ੍ਰਿਕਟ 'ਚ ਲੱਗਾ ਗਿਆ, ਉਹ ਲੱਗਾ ਗਿਆ ਬੁਲੰਦਸ਼ਹਿਰ 'ਚ, ਠੀਕ ਹੈ ਜੀ। ਫਿਰ ਅਗਲਾ ਕੁਸਚਨ ਹੈਗਾ ਸੀਗਾ ਇੰਡੀਕਾ ਜਿਹੜੀ ਬੁੱਕ ਹੈ ਉਹਦਾ ਔਥਰ ਕੌਣ ਸੀਗਾ। ਫਿਰ ਅਗਲਾ ਕੁਸਚਨ ਹੈਗਾ ਸੀਗਾ ਜਿਹੜੀ ਬੈਟਲ ਆਫ ਟੈਂਕਿੰਗ ਸੀ ਉਹ ਕਿਹੜੀ ਬੈਂਕ 'ਤੇ ਹੋਈ ਸੀਗੀ, ਠੀਕ ਹੈ ਜੀ, ਰਿਵਰ ਦੇ, ਕਿਹੜੀ ਰਿਵਰ ਦੇ ਬੈਂਕ 'ਤੇ ਹੋਈ ਸੀ, ਉਹਦਾ ਆਂਸਰ ਹੈਗਾ ਸੀ ਪਰੂਸ਼ਨ, ਠੀਕ ਹੈ ਜੀ। ਅਗਲਾ ਹੈਗਾ ਸੀ ਜਿਹੜੀ ਇੰਡੀਆ 'ਚ ਸਕੀਮ ਸੀਗੀ ਫਾਈਨਾਂਸ ਦੀ ਉਹ ਕਿਹਨੇ ਸ਼ੁਰੂ ਕੀਤੀ ਸੀ, ਉਹਦਾ ਆਂਸਰ ਹੈਗਾ ਸੀ ਲੋਰਡ ਮਾਇਓ। ਫਿਰ ਅਗਲਾ ਕੁਸਚਨ ਹੈਗਾ ਸੀ ਇੰਡੀਆ ਮੈਨ ਫਰੀਡਮ ਨੋਵਲ ਇਹ ਕਿਹਨੇ ਦੁਆਰਾ ਲਿਖਿਆ ਗਿਆ, ਇਹ ਲਿਖਿਆ ਗਿਆ ਸੀ ਅਬਦੁਲ ਕਲਾਮ ਆਜ਼ਾਦ ਦੁਆਰਾ, ਠੀਕ ਹੈ ਜੀ। ਫਿਰ ਅਗਲਾ ਕੁਸਚਨ ਹੈਗਾ ਸੀਗਾ ਜਿਹੜੀ ਇੰਡੀਅਨ ਸਿਵਲ ਸਰਵਿਸ ਸੀ ਉਹ ਕਿਹੜੇ ਗਵਰਨਰ ਜਨਰਲ ਦੁਆਰਾ ਸਟਾਰਟ ਕੀਤੀ ਗਈ ਸੀ, ਉਹਦਾ ਆਂਸਰ ਹੈਗਾ ਜੀ ਲੋਰਡ ਕੋਰਨਵਾਲਿਸ, ਠੀਕ ਹੈ ਜੀ। ਇਸ ਤੋਂ ਬਾਅਦ ਹੈਗਾ ਸੀ ਜਗਦੁੱਗਾ ਮਾਈਨ ਝਾਰਖੰਡ 'ਚ ਕਿਸ ਲਈ ਫੇਮਸ ਨੇ, ਇਹ ਹੈਗਾ ਯੂਰੇਨੀਅਮ। ਜਿਹੜੀ ਫਾਊਂਡੇਸ਼ਨ ਸੀ ਜਾਮਾ ਮਸਜਿਦ ਦਿੱਲੀ 'ਚ ਉਹ ਕਿਹਨੇ ਰੱਖੀ ਸੀ, ਔਰ ਕਿਸੀ ਸ਼ਾਹਜਹਾਂ ਨੇ। ਫਿਰ ਅਗਲਾ ਕੁਸਚਨ ਹੈਗਾ ਜਿਹੜਾ ਬਾਬਰ ਹੈ ਉਹਨੇ ਗਜਨੀ ਦਾ ਟਾਈਟਲ ਕਿਹੜੀ ਲੜਾਈ ਤੋਂ ਬਾਅਦ ਲਿਆ ਸੀ, ਇਹ ਸੀ ਬੈਟਲ ਆਫ ਖਾਨਵਾ। ਅਗਲਾ ਕੁਸਚਨ ਹੈਗਾ ਜਿਹੜੀ ਫਸਟ ਵੂਮੈਨ ਪ੍ਰੈਜੀਡੈਂਟ ਸੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਕੌਣ ਸੀ, ਉਹ ਸੀ ਐਨਈ ਬਸੰਤ। ਫਿਰ ਇਹਨਾਂ ਵਿੱਚੋਂ ਦੱਸਣਾ ਸੀ ਕਿਹੜਾ ਵਿਦਨੀ ਹੈਗਾ, ਉਹ ਸੀ ਮਨੂ ਸਮ੍ਰਿਤੀ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਅਗਲਾ ਕੁਸਚਨ ਦੱਸਣਾ ਸੀਗਾ ਵਿੱਚ ਵਨ ਆਫ ਦਾ ਫੋਲਿੰਗ ਵਾਜ਼ ਦਾ ਮੇਨ ਟ੍ਰੇਡਿੰਗ ਪੋਰਟ ਆਫ ਦਾ ਵਿਜੈਨਗਰ ਅੰਪਾਇਰ ਔਨ ਵੈਸਟਰਨ ਕੋਸਟ, ਇਹ ਸੀ ਕੈਲੀਕਟ, ਠੀਕ ਹੈ ਜੀ। ਇਸ ਤੋਂ ਬਾਅਦ ਦੱਸਣਾ ਸੀਗਾ ਗੋਲਫ ਦੀ ਗੇਮ ਦਾ ਕਿਹੜਾ ਪਲੇਅਰ ਐਸੋਸੀਏਟਡ ਹੈਗਾ, ਇਹਦਾ ਹੈਗਾ ਸੀ ਜੀਵ ਮਿਲਖਾ ਸਿੰਘ। ਅਗਲਾ ਕੁਸਚਨ ਹੈਗਾ ਸੀ ਜਿਹੜਾ ਬੈਸਟ ਇੰਡੀਕੇਟਰ ਹੈਗਾ ਜਿਹੜਾ ਇਕਨੋਮਿਕ ਡਿਵਲਪਮੈਂਟ ਆਫ ਕੰਟਰੀ, ਉਹ ਕਿਹੜਾ, ਉਹ ਹੈਗਾ ਸੀ ਪਰ ਕੈਪੀਟਾ ਇਨਕਮ, ਠੀਕ ਹੈ ਜੀ। ਅਗਲਾ ਕੁਸਚਨ ਹੈਗਾ ਸੀਗਾ ਫਾਦਰ ਆਫ ਓਪਰੇਸ਼ਨ ਫਲੱਡ ਇਨ ਇੰਡੀਆ, ਉਹ ਹੈਗਾ ਸੀ ਡਾਕਟਰ ਵਰਗਿਸ ਕੁਰੇਨ। ਫਿਰ ਦੱਸਣਾ ਸੀ ਨੋਨ ਅਲਾਈਡ ਮੂਵਮੈਂਟ 'ਚੋਂ ਕਿਹੜੇ ਇਹਨਾਂ ਚਾਰਾਂ ਵਿੱਚੋਂ ਫਾਊਂਡਰ ਨਹੀਂ ਹੈਗੇ ਸੀ, ਉਹ ਹੈਗੇ ਸੀ ਉਹ ਡੀ ਆਂਸਰ ਸੀਗਾ। ਫਿਰ ਅੱਗੋਂ ਦੱਸਣਾ ਸੀਗਾ ਆਪਾਂ ਹੀਰਾਕੁੰਡ ਜਿਹੜਾ ਡੈਮ ਹੈਗਾ ਉਹ ਕਿਹੜੀ ਨਦੀ 'ਤੇ ਬਣਿਆ ਗਿਆ, ਉਹ ਬਣਿਆ ਹੋਇਆ ਮਹਾਨਦੀ 'ਤੇ। ਆਹ ਵਾਲਾ ਕੁਸਚਨ ਤਾਂ ਬਹੁਤ ਜ਼ਿਆਦਾ ਵਾਰੀ ਰਿਪੀਟ ਹੋਇਆ ਰਿਹਾ, ਜਿਹੜਾ ਸਿਰੋਸਿਸ ਜਿਹੜਾ ਡਿਸੀਜ਼ ਹੈ ਉਹ ਕਿੰਨਾ ਕਿਹਨੂੰ ਇਫੈਕਟ ਕਰਦਾ, ਉਹ ਕਰਦਾ ਲੀਵਰ ਨੂੰ ਕਰਦਾ, ਠੀਕ ਹੈ ਜੀ। ਇਸ ਤੋਂ ਬਾਅਦ ਹੈਗਾ ਸੀਗਾ ਬਰੋਂਜ਼ ਐਲੋਏ ਕਿੰਨੇ ਕਿੰਨੇ ਨਾਲ ਮਿਲ ਕੇ ਬਣਦਾ, ਕੋਪਰ ਟੀਨ ਅਤੇ ਐਲਮੀਨੀਅਮ ਨਾਲ ਬਣਦਾ, ਠੀਕ ਹੈ ਜੀ। ਅੱਗੋਂ ਨੈਸ਼ਨਲ ਇਨਕਮ ਜਿਹੜੀ ਇੰਡੀਆ ਦੀ ਉਹ ਕੌਣ ਮੈਜ਼ਰ ਕਰਦਾ, ਕਰਦਾ ਸੈਂਟਰਲ ਸਟੈਟਿਕਲ ਔਰਗਨਾਈਜੇਸ਼ਨ, ਠੀਕ ਹੈ ਜੀ। ਫਿਰ ਦੱਸਣਾ ਸੀਗਾ ਜਿਹੜੀ ਆਪਣੀ ਹਿਊਮਨ ਦੀ ਅੱਖਾਂ 'ਚ ਦੂਰ ਦੀ ਨਿਗਾਹ ਨੂੰ ਸਹੀ ਕਰਨ ਲਈ ਕਿਹੜਾ ਲੈਂਸ ਪਾਇਆ ਜਾਂਦਾ, ਕਨਵੈਕਸ ਲੈਂਸ, ਠੀਕ ਹੈ ਜੀ। ਇਸ ਤੋਂ ਬਾਅਦ ਆਪਣਾ ਕੁਸਚਨ ਹੈਗਾ ਸੀ ਜਿਹੜਾ ਫਾਇਰ ਟੈਂਪਲ ਹੈ ਉਹ ਕਿੱਥੇ, ਉਹ ਕਿਹੜੇ ਰਿਲੀਜਨ ਦਾ, ਉਹਦਾ ਆਂਸਰ ਹੈਗਾ ਸੀ ਸੀ, ਠੀਕ ਹੈ ਜੀ। ਅੱਗੋਂ ਕਹੀ ਸੰਤੋਖ ਜਿਹੜੀ ਟਰੋਫੀ ਹੁੰਦੀ ਹੈ ਉਹ ਕਿਸ ਖੇਡ ਨਾਲ ਰਿਲੇਟਡ ਹੈ, ਉਹ ਹੈਗੀ ਸੀ ਫੁੱਟਬੋਲ ਨਾਲ। ਅਤੇ ਫਿਰ ਜਿਹੜਾ ਕੂਕਾ ਮੂਵਮੈਂਟ ਹੈ ਉਹਦੇ ਫਾਊਂਡਰ ਦਾ ਦੱਸਣਾ ਸੀ ਨਾਮ ਅਤੇ ਕਦੋਂ ਹੋਇਆ ਸੀਗਾ, ਉਹ ਹੈਗੀ ਸੀ ਭਾਈ ਰਾਮ ਸਿੰਘ ਜੀ, ਇਹ ਫਾਊਂਡ ਹੋਈ ਸੀ 1 ਅਪ੍ਰੈਲ 1857 ਨੂੰ। ਅਗਲਾ ਹੈਗਾ ਸੀ ਜਿਹੜਾ ਕਾਲੇਸਰ ਨੈਸ਼ਨਲ ਪਾਰਕ ਹੈ ਉਹ ਕਿਹੜੇ ਸਟੇਟ 'ਚ ਇੰਡੀਆ ਦੇ, ਉਹ ਹੈਗਾ ਹਰਿਆਣਾ 'ਚ। ਸਾਨੂੰ ਜਿਹੜਾ ਫੈਦੋਮੀਟਰ ਹੈ ਉਹ ਕਿਸ ਲਈ ਯੂਜ਼ ਕੀਤਾ ਜਾਂਦਾ, ਇਹ ਓਸ਼ਨ ਡੈਪਥ ਨੂੰ ਮੈਜ਼ਰ ਕਰਨ ਲਈ ਯੂਜ਼ ਕੀਤਾ।
ਨੰਬਰ ਆਫ ਬੋਨਸ ਨੇ ਹਿਊਮਨ 'ਚ ਉਹ ਕਿੰਨੀਆਂ ਹੁੰਦੀਆਂ 206 ਹੁੰਦੀਆਂ, ਠੀਕ ਹੈ ਜੀ। ਇਸ ਤੋਂ ਬਾਅਦ ਆਪਣਾ ਕੁਸ਼ਚਨ ਹੈਗਾ ਸੀਗਾ ਜਿਹੜੀ ਕੰਚਨਜੰਗਾ ਪੀਕ ਹੈ ਉਹ ਕਿੱਥੇ ਹੈਗਾ, ਉਹ ਹੈਗਾ ਸਿੱਕਮ 'ਚ। ਅਤੇ ਫਿਰ ਅਗਲਾ ਕੁਸ਼ਚਨ ਹੈਗਾ ਸੀ ਜਿਹੜਾ ਲਾਰਜੈਸਟ ਪ੍ਰੋਡਿਊਸਰ ਹੈ ਰਬੜ ਦਾ ਉਹ ਕਿਹੜਾ ਹੈ ਸਟੇਟ, ਉਹ ਹੈਗਾ ਕੇਰਲਾ। ਫਿਰ ਦੱਸਣਾ ਸੀ ਆਪਾਂ ਜਿਹੜਾ ਨਾਥਪਾ ਜਕਰੀ ਹਾਈਡਲ ਪਾਵਰ ਪ੍ਰੋਜੈਕਟ ਹੈ ਉਹ ਕਿਹੜੀ ਨਦੀ ਉੱਪਰ ਹੈ, ਉਹ ਹੈਗਾ ਸਤਲੁਜ 'ਤੇ। 44 ਜਿਹੜਾ ਕੁਸ਼ਚਨ ਹੈਗਾ ਉਹ ਕਰੰਟ ਅਫੇਅਰ ਦੇ ਰਿਲੇਟਡ ਹੈ। ਅਗਲਾ ਜਿਹੜਾ 45 ਕੁਸ਼ਚਨ ਹੈ ਉਹ ਹੈ ਗ੍ਰੇਟ ਹਿਮਾਲਿਆ ਕਿਹੜੀ ਕਿਹੜੀ 5 ਕੰਟਰੀ ਦੇ ਵਿੱਚ ਫੈਲਿਆ ਹੈ, ਉਹਦਾ ਆਂਸਰ ਹੈਗਾ ਸੀ ਏ ਭੂਟਾਨ, ਇੰਡੀਆ, ਨੇਪਾਲ, ਚਾਈਨਾ ਐਂਡ ਪਾਕਿਸਤਾਨ, ਠੀਕ ਹੈ ਜੀ। ਇਸ ਤੋਂ ਬਾਅਦ ਆਪਣਾ ਕੁਸ਼ਚਨ ਹੈਗਾ ਸੀਗਾ ਕਿਹੜੇ ਸਟੇਟ ਨੂੰ ਮੈਕਸੀਮਮ ਸਟੇਟ ਲੱਗਦੇ ਨੇ, ਉਹ ਹੈਗਾ ਯੂਪੀ, ਇਹਨੂੰ 8 ਸਟੇਟ ਲੱਗਦੇ। ਫਿਰ ਦੱਸਣਾ ਸੀ ਆਪਣਾ ਜਿਹੜਾ ਓਟੋਮਨ ਇਕੁਇਨੈਕਸ ਹੁੰਦਾ ਉਹ ਕਦੋਂ ਹੁੰਦਾ, ਉਹ ਹੁੰਦਾ 23 ਸਤੰਬਰ ਨੂੰ। ਫਿਰ ਅਜੋਨ ਜਿਹੜੀ ਕਿਹੜੀ ਲੇਅਰ 'ਚ ਪ੍ਰੈਜੈਂਟ ਹੁੰਦੀ, ਉਹਦੀ ਸਟ੍ਰੈਟੋਸਫੀਅਰ, ਸਟੱਡੀ ਆਫ ਸੋਇਲ ਕਹਿੰਦੇ ਨੇ ਪੈਡੋਲੋਜੀ। ਜਿਹੜਾ ਫੀਫਾ ਵਰਲਡ ਕੱਪ 1930 ਹੋਇਆ ਸੀ ਉਹਦਾ ਵਿਨਰ ਕੌਣ ਸੀ, ਹੁੰਦਾ ਹੈਗਾ ਉਰਗਵੇ। ਅਗਲਾ ਕੁਸ਼ਚਨ ਹੈਗਾ ਸੀ ਆਪਣਾ ਵੀ ਬਰਫ਼ 'ਤੇ ਐਜ਼ ਕੰਪੇਅਰ ਟੂ ਕੰਕਰੀਟ ਤੋਂ ਤੁਰਨਾ ਕਿਉਂ ਡਿਫੀਕਲਟ ਹੋਵੇ, ਇਸ ਕਰਕੇ ਕਿਉਂਕਿ ਉਹ ਲੈੱਸ ਫ੍ਰਿਕਸ਼ਨ ਪ੍ਰੋਵਾਈਡ ਕਰਦਾ। ਫਿਰ ਅਗਲਾ ਹੈਗਾ ਸੀ ਸਟੇਟ ਟ੍ਰੀ ਉਹ ਪੰਜਾਬ ਕੀ ਹੈਗਾ, ਸ਼ੀਸ਼ਮ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ 61ਵਾਂ ਕੁਸ਼ਚਨ ਜਿਹੜਾ ਹੈਗਾ ਸੀ ਉਹ ਹੈਗਾ ਸੀਗਾ ਬਿਆਸ ਸਤਲੁਜ ਜਿਹੜੇ ਮਿਲਦੇ ਨੇ ਪੰਜਾਬ 'ਚ ਉੱਥੇ ਕੀ ਹੈਗਾ, ਉੱਥੇ ਹੈਗਾ ਹਰੀਕੇ ਵੈਟਲੈਂਡ। ਅਤੇ ਕਿਹੜੇ ਗੁਰੂ ਨੇ ਸ਼੍ਰੀ ਆਦਿ ਗ੍ਰੰਥ ਨੂੰ ਕੰਪਾਈਲ ਕੀਤਾ ਸੀ, ਉਹ ਕਿਤੇ ਗੁਰੂ ਅਰਜਨ ਦੇਵ ਜੀ, ਠੀਕ ਹੈ ਜੀ। ਅੱਗੇ ਜਿਹੜਾ ਹਜ਼ੂਰ ਸਾਹਿਬ ਹੈ ਉਹ ਕਿਹੜੀ ਨਦੀ 'ਤੇ ਵਸਿਆ ਹੋਇਆ, ਗੋਦਾਵਰੀ 'ਤੇ। ਫਿਰ ਅਗਲਾ ਕੁਸ਼ਚਨ ਹੈਗਾ ਜਿਹੜਾ ਸੈਂਟਰ ਆਫ ਐਕਸੀਲੈਂਸ ਹੈਗਾ ਪਟਾਟੋਲੀ ਉਹ ਕਿੱਥੇ ਹੈਗਾ, ਜਲੰਧਰ। ਫਿਰ ਦੱਸਣਾ ਸੀ ਹੁਣ ਤੱਕ ਦੀ ਕਿਹੜੀ ਇੱਕ ਉਹ ਭਾਰਤੀ ਮਹਿਲ ਹੈ ਜਿਹੜੀ ਵਰਲਡ ਹੈਲਥ ਔਰਗਨਾਈਜੇਸ਼ਨ ਦੀ ਪ੍ਰੈਜ਼ੀਡੈਂਟ ਬਣੀ ਹੋਏਗੀ ਸੀ, ਰਾਜਕੁਮਾਰੀ ਅੰਮ੍ਰਿਤ ਕੌਰ। ਫਿਰ ਦੱਸਣਾ ਸੀ ਗਦਰ ਪਾਰਟੀ ਦੇ ਜਿਹੜੇ ਫਾਊਂਡਰ ਸੀ ਉਹ ਕੌਣ ਸੀ, ਉਹ ਹੈਗੇ ਸੀ ਸੋਹਣ ਸਿੰਘ ਬਕਨਾ ਜੀ, ਠੀਕ ਹੈ ਜੀ। ਇਸ ਬਾਰੇ ਲੀਕ ਕਾਰਬੀਜ਼ੀਅਰ ਜਿਹੜੇ ਆਰਕੀਟੈਕਟ ਸੀਗੇ ਚੰਡੀਗੜ੍ਹ ਦੇ ਉਹ ਕੌਣ ਸੀਗੇ, ਕਿੱਥੋਂ ਸੀਗੇ, ਉਹ ਹੈਗੇ ਸੀ ਫਰੈਂਚ ਦੇ ਆਰਕੀਟੈਕਟ ਸੀਗੇ। ਇਸ ਬਾਰੇ ਦੱਸਣੀ ਹੜੱਪਾ ਸਿਵਿਲਾਈਜੇਸ਼ਨ ਹੈ ਜਿਹੜੀ ਉਹ ਕਿਹੜੇ ਦੇ ਚੇਂਜ ਸੀ, ਪੰਜਾਬ ਦੇ ਹੈਗੇ ਸੀ, ਪੰਜਾਬ, ਰਾਜਸਥਾਨ ਅਤੇ ਗੁਜਰਾਤ 'ਚ। ਫਿਰ ਵਾਲਾ ਕੁਛ ਨਹੀਂ ਹੈ ਜਿਹੜੀ ਸਪੈਸੀਫਿਕ ਸਮੈਲ ਲਈ LPG ਸਿਲੰਡਰ 'ਚ ਆਪਾਂ ਕਿਹੜੀ ਗੈਸ ਜਾਂ ਸਬਸਟਾਂਸ ਐਡ ਕਰਦੇ ਹੋਏ ਸੀ, ਇਥਾਈਲ ਮਰਕੈਪਟਨ, ਠੀਕ ਹੈ ਜੀ। ਫਿਰ ਵਾਲਾ ਕੁਛ ਨਹੀਂ ਹੈ ਸੀ ਜਿਹੜਾ ਸਾਊਂਡ ਲੈਵਲ ਨੂੰ ਮੈਜ਼ਰ ਕਰਨ ਦਾ ਯੂਨਿਟ ਕੀ ਹੋਵੇਗਾ, ਡੈਸੀਬਲ, ਠੀਕ ਹੈ ਜੀ। ਇਸ ਤੋਂ ਬਾਅਦ ਆਪਣਾ ਕੁਛ ਨਹੀਂ ਹੈ ਸੀ ਪ੍ਰੋਜੈਕਟ ਟਾਈਗਰ ਕਦੋਂ ਲਾਂਚ ਹੋਇਆ ਸੀ, ਹੋਇਆ ਸੀ 1973 'ਚ, ਠੀਕ ਹੈ ਜੀ। ਗੁਰਮੁਖੀ ਕਿਹਨਾਂ ਦੁਆਰਾ ਸਟੈਂਡਰਡਾਈਜ਼ ਕੀਤੀ ਗਈ ਸੀ, ਉਹ ਕੀਤੀ ਗਈ ਸੀ ਗੁਰੂ ਅਰਜਨ ਦੇਵ ਜੀ ਨਾਲ, ਠੀਕ ਹੈ ਜੀ। ਇਸ ਤੋਂ ਬਾਅਦ ਜਿਹੜਾ ਭਾਰਤੀ ਗਿਆਨਪੀਠ ਅਵਾਰਡ ਮਿਲਿਆ ਸੀਗਾ ਕਾਗਜ਼ ਅਤੇ ਕਨਵਸ ਲਈ, ਉਹ ਕਿਸ ਨੂੰ ਮਿਲਿਆ ਸੀ, ਉਹ ਮਿਲਿਆ ਸੀ ਅੰਮ੍ਰਿਤਾ ਪ੍ਰੀਤਮ ਨੂੰ, ਠੀਕ ਹੈ ਜੀ। ਅਗਲਾ ਕੁਸ਼ਚਨ ਹੈਗਾ ਸੀਗਾ ਸਿੱਖਾਂ ਦੇ 50 ਤਖਤਾਂ 'ਚੋਂ ਪੰਜਾਬ 'ਚ ਕਿੰਨੇ ਨੇ, ਉਹ ਹੈਗੇ ਨੇ 3, ਠੀਕ ਹੈ ਜੀ। ਅਗਲਾ ਸੀ ਅਰਸੀ ਜਿਹੜਾ ਹੈਗਾ ਓਰਨਾਮੈਂਟ ਉਹ ਕਿੱਥੇ ਪਾਇਆ ਜਾਂਦਾ, ਉਹ ਪਾਇਆ ਜਾਂਦਾ ਹੱਥ 'ਤੇ। ਜਿਹੜਾ ਕਲਿੰਗਾ ਅਵਾਰਡ ਯੂਨੈਸਕੋ ਲਈ ਉਹ ਕਿੱਥੇ ਦਿੱਤਾ ਜਾਂਦਾ, ਦਿੱਤਾ ਜਾਂਦਾ ਸਾਇੰਸ ਲਈ, ਠੀਕ ਹੈ ਜੀ। ਅਗਲਾ ਕੁਸ਼ਚਨ ਹੈਗਾ ਸੀਗਾ ਸ਼ੋਰਟੈਸਟ ਨਿਊ ਰੈਜ਼ ਦਾ ਗਵਰਨਰ ਉਹ ਪੰਜਾਬ ਕੌਣ ਸੀ, ਉਹ ਹੈਗਾ ਸੀ ਹਕੀਸ਼ ਸੀਮਾ। ਅਗਲਾ ਕੁਸ਼ਚਨ ਆਪਣਾ ਹੈਗਾ ਜਿਹੜੀ ਬੀਰ ਬਟਸਨ ਵਾਈਲਡ ਲਾਈਫ ਸੈਂਚਰੀ ਹੈ ਉਹ ਕਿੱਥੇ ਆ, ਉਹ ਹੈਗੀ ਪਟਿਆਲਾ 'ਚ। ਅਤੇ ਫਿਰ ਜਿਹੜਾ ਉਹ ਕਿਹੜੇ ਚੀਫ ਮਿਨਿਸਟਰ ਸੀ ਪੰਜਾਬ ਜਿਹੜੇ ਏਅਰ ਕ੍ਰੈਸ਼ 'ਚ ਮਰ ਗਏ, ਹੋਏ ਸੀ ਜਸਟਿਸ ਗੁਰਨਾਮ ਸਿੰਘ, ਠੀਕ ਹੈ ਜੀ। ਅਗਲੇ ਜਿਹੜੇ ਕੀਰਨ ਹੈ ਉਹ ਕਦੋਂ ਜਿਹੜਾ ਪੰਜਾਬੀ ਫੋਕ ਸੌਂਗ ਨੇ ਕਦੋਂ ਗਾਏ ਜਾਂਦੇ ਨੇ, ਜਦੋਂ ਕਿਸੇ ਪਰਸਨ ਦੀ ਡੈਥ ਹੋ ਜਾਂਦੀ ਹੈ। ਫਿਰ ਵਾਲਾ ਕੁਸ਼ਚਨ ਹੈਗਾ ਜਿਹੜੀ ਬਲੂਚੜ ਵਿਧਾਨ ਸਭਾ ਹੈ ਉਹ ਕਿਹੜੇ ਡਿਸਟ੍ਰਿਕਟ 'ਚ ਹੈਗੀ ਪੰਜਾਬ ਦੇ, ਹੋ ਗਈ ਸੀ SBS ਨਗਰ, ਠੀਕ ਹੈ ਜੀ। ਵਾਲਾ ਕੁਸ਼ਚਨ ਹੈਗਾ ਜਿਹੜੀ ਡੋਕਟ੍ਰਿਨ ਆਫ ਲੈਪ ਸੀਗੀ, ਪੋਲਿਸੀ ਆਫ ਅਨੈਕਸੇਸ਼ਨ, ਉਹ ਕਿਹੜੇ ਲਾਰਡ ਦੁਆਰਾ ਸ਼ੁਰੂ ਕੀਤੀ ਗਈ ਸੀ, ਉਹ ਕਹਿੰਦੀ ਲਾਰਡੋਲੋਜੀ। ਫਿਰ MRI ਦੀ ਫੁੱਲ ਫਾਰਮ ਕੀ ਹੁੰਦੀ ਹੈ, ਠੀਕ ਹੈ ਜੀ। ਇਸ ਬਾਰੇ ਵਾਲਾ ਕੁਸ਼ਚਨ ਹੈਗਾ ਜਿਹੜੇ ਦਿਲਵਾਰਾ ਟੈਂਪਲ ਹੈਗੇ ਉਹ ਕਿਹੜੇ ਸਟੇਟ 'ਚ ਨੇ ਇੰਡੀਆ ਦੇ, ਉਹ ਕਹਿੰਦੇ ਰਾਜਸਥਾਨ 'ਚ। ਫਿਰ ਵਾਲਾ ਕੁਸ਼ਚਨ ਹੈਗਾ ਸੀ CIS ਦਾ ਜਿਹੜਾ ਹੈੱਡਕੁਆਟਰ ਹੈ ਉਹ ਕਿੱਥੇ ਹੋਏਗਾ। ਮੇਨ ਵਾਲਾ ਕੁਸ਼ਚਨ ਸਾਡਾ ਹੈਗਾ ਸੀਗਾ ਵੀ ਜਿਹੜਾ ਭਾਰਤ ਰਤਨ ਹੈਗਾ ਦੋ ਫੋਰਨਰ ਮਿਲੇ, ਇੱਕ ਤਾਂ ਕਿਸੀ ਨੈਲਸਨ ਮੰਡੇਲਾ, ਦੂਜੇ ਕਿਸੀ ਖਾਨ ਅਬਦੁਲ ਗਫਰ ਖਾਨ, ਠੀਕ ਹੈ ਜੀ। ਇਸ ਕੋਲ ਚਿਕਨਾਕਾਰੀ ਜਿਹੜਾ ਵਰਕ ਹੈਗਾ ਉਹ ਕਿੱਥੋਂ ਦੇ ਪਲੇਸ ਹੈਗਾ, ਉਹ ਲਖਨਊ ਦਾ, ਠੀਕ ਹੈ ਜੀ। ਅਗਲਾ ਦਿਨ UN ਦਾ ਹੈੱਡਕੁਆਟਰ ਕਿੱਥੇ ਹੋਏਗਾ, ਨਿਊਯਾਰਕ USA 'ਚ। ਉਹ ਫੈਦੋਮੀਟਰ ਕਿਸ ਲਈ ਯੂਜ਼ ਕੀਤੇ ਹੁੰਦੇ, ਕਿਤੇ ਹੁੰਦੇ ਓਸ਼ਨ ਡੈਪਥ ਲਈ। ਅੱਗੋਂ ਆਦਿ ਗ੍ਰੰਥ ਕਿੰਨੇ ਕੰਪਾਇਲ ਕੀਤਾ ਸੀ, ਹੋ ਗਈ ਗੁਰੂ ਅਰਜਨ ਦੇਵ ਜੀ। ਪ੍ਰਾਪਤੀ ਐਂਡ ਬੈਣ ਗੰਗਾ ਕਿੰਨੀਆਂ ਟ੍ਰਿਬਿਊਟਰੀ ਹੈਗੀਆਂ, ਉਹ ਹੈਗੀਆਂ ਨੇ ਬਿਆਸ ਦੀਆਂ, ਠੀਕ ਹੈ ਜੀ। ਇਸ ਤੋਂ ਬਾਅਦ ਅਗਲਾ ਕੁਸ਼ਚਨ ਜਿਹੜੇ ਫਗਵਾੜਾ ਵਿਧਾਨ ਸਭਾ ਹੈ ਉਹ ਕਿਹੜੇ ਡਿਸਟ੍ਰਿਕਟ 'ਚ ਹੈਗੀ ਹੈ, ਉਹ ਕਪੂਰਥਲਾ 'ਚ। ਫਿਰ ਜਿਹੜਾ ਜਲਿਆਂਵਾਲਾ ਜਦੋਂ ਕਾਂਡ ਹੋਇਆ ਸੀ ਉਦੋਂ ਲੋਡ ਕੌਣ ਸੀ, ਉਦੋਂ ਲੋਡ ਹੈਗੀ ਸੀ ਚੈਮਸਫੋਰਡ, ਠੀਕ ਹੈ ਜੀ। ਇਹ ਸਾਰੇ ਕੁਸ਼ਚਨ ਜਿਹੜੇ ਥਾਪਰ ਯੂਨੀਵਰਸਿਟੀ ਦੁਆਰਾ ਜਿਹੜੇ ਪੰਜਾਬ ਦੇ ਐਗਜ਼ਾਮ ਲਏ ਗਏ ਸੀ ਉਹਨਾਂ ਦੇ ਵਿੱਚ ਸੀ। ਇਹਨਾਂ ਤੋਂ ਬਾਅਦ ਹੋਰ ਕੋਈ ਕੁਸ਼ਚਨ ਵੀ ਨਹੀਂ ਹੈਗਾ, ਕੋਈ ਕੁਸ਼ਚਨ ਨਹੀਂ ਛੱਡਿਆ ਮੈਂ, ਕੋਈ ਪੇਪਰ ਨਹੀਂ ਛੱਡਿਆ, ਠੀਕ ਹੈ ਜੀ। ਇਹੀ ਸਾਰੇ ਕੁਸ਼ਚਨ ਸੀ, ਇਹ 10 ਤੋਂ 12 ਪੇਪਰਾਂ ਦੇ ਸਾਰੇ ਕੁਸ਼ਚਨ ਹੈਗੇ ਨੇ, ਠੀਕ ਹੈ ਜੀ। ਜੇ ਵੀਡੀਓ ਚੰਗੀ ਲੱਗੀ ਤਾਂ ਅੱਗੋਂ ਸ਼ੇਅਰ ਅਤੇ ਸਬਸਕ੍ਰਾਈਬ ਕਰ ਦਿਓ। ਬਾਕੀ ਥੈਂਕ ਯੂ ਵੀਡੀਓ ਦੇਖਣ ਲਈ, ਠੀਕ ਹੈ ਜੀ।